ਅਮਰੀਕਾ 'ਚ ਚੱਲ ਰਹੀ ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਟੀ ਟਵੈਂਟੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਗੁਆਨਾ ਵਿਖੇ ਪ੍ਰੋਵੀਡੈਂਸ ਸਟੇਡੀਅਮ ਵਿਚਾਲੇ ਖੇਡਿਆ ਗਿਆ। ਭਾਰਤ 3 ਮੈਚਾਂ ਇਸ ਸੀਰੀਜ਼ 'ਤੇ 2-0 ਨਾਲ ਪਹਿਲਾਂ ਤੋਂ ਹੀ ਕਬਜ਼ਾ ਕਰ ਚੁੱਕਾ ਸੀ। ਭਾਰਤ ਨੇ ਪਹਿਲਾ ਮੈਚ ਵਿੰਡੀਜ਼ ਤੋਂ 4 ਵਿਕਟਾਂ ਨਾਲ ਅਤੇ ਦੂਸਰਾ ਮੈਚ ਡਕਵੇਲ ਲੂਇਸ ਨਿਯਮ ਤਹਿਤ 22 ਦੌੜਾਂ ਨਾਲ ਜਿੱਤਿਆ। ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਇਸ ਦੌਰਾਨ ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟ ਇੰਡੀਜ਼ ਨੇ 6 ਵਿਕਟਾਂ ਗੁਆ ਕੇ 146 ਦੌੜਾਂ ਬਣਾ ਕੇ ਭਾਰਤ ਨੂੰ 147 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਭਾਰਤੀ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਨਾਲ ਵਿੰਡੀਜ਼ ਨੂੰ ਇਹ ਮੈਚ ਹਰਾ ਕੇ ਟੀ20 ਦੇ ਆਖਰੀ ਮੈਚ 'ਚ ਜਿੱਤ ਹਾਸਿਲ ਕਰ ਲਈ। ਭਾਰਤ ਵੱਲੋਂ ਕਪਤਾਨ ਵਿਰਾਟ ਕੋਹਲੀ 49 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਊਟ ਹੋਏ ਅਤੇ ਵਿਰਾਟ ਕੋਹਲੀ ਦੀ ਰਿਸ਼ਭ ਪੰਤ ਨਾਲ ਵਧੀਆ ਪਾਰਟਨਰਸ਼ਿਪ ਦੇਖਣ ਨੂੰ ਮਿਲੀ। ਰਿਸ਼ਭ ਪੰਤ ਨੇ ਵੀ ਇਸ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ। ਰਿਸ਼ਭ ਪੰਤ 65 ਦੌੜਾਂ ਬਣਾ ਕੇ ਨਾਬਾਦ ਰਹੇ। ਵਿਕਰਮ ਸਹਿਜਪਾਲ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।